ਸਤਿ ਸ਼੍ਰੀ ਅਕਾਲ ਜੀ, ਮੈਂ ਜ਼ੋਰਾਵਰ ਸਿੰਘ, ਡਬਲਯੂ ਡੀ ਏ ਸੀ ਤੋਂ। ਹਮੇਸ਼ਾ ਅਸੀਂ ਕੋਈ ਨਾ ਕੋਈ ਵੀਜ਼ਾਸ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਹਾਂ, ਔਰ ਅੱਜ ਇੱਕ ਵਾਰ ਫਿਰ ਮੈਂ ਹਾਜ਼ਰ ਹੋਇਆ ਤੁਹਾਡੇ ਸਾਹਮਣੇ ਵਿਜ਼ਟਰ ਵੀਜ਼ਾ ਆਸਟ੍ਰੇਲੀਆ ਲੈ ਕੇ। ਸਾਡੇ ਨਾਲ ਕਲਾਇੰਟ ਖੜ੍ਹੇ ਨੇ ਮਿਸਟਰ ਤਰਸੇਮ ਲਾਲ ਔਰ ਉਹਨਾਂ ਦੀ ਵਾਈਫ ਮਿਸਿਸ ਸੱਤਿਆ ਦੇਵੀ। ਇਹਨਾਂ ਨੇ ਆਪਣਾ ਆਸਟ੍ਰੇਲੀਆ ਦਾ ਵਿਜ਼ਟਰ ਵੀਜ਼ਾ ਡਬਲਯੂ ਡੀ ਏ ਸੀ ਤੋਂ ਲਵਾਇਆ ਸੀ, ਔਰ ਸਾਨੂੰ ਦੱਸਦੇ ਹੋਏ ਜਾਂ ਮੈਨੂੰ ਦੱਸਦੇ ਹੋਏ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਕਿ ਬਹੁਤ ਹੀ ਥੋੜ੍ਹੇ ਸਮੇਂ ਦੇ ਵਿੱਚ ਇਹਨਾਂ ਦਾ ਵੀਜ਼ਾ ਲੱਗ ਕੇ ਆ ਗਿਆ। ਮੇਰੇ ਨਾਲ ਖੁਦ ਕਲਾਇੰਟ ਖੜ੍ਹੇ ਨੇ। ਮਿਸਟਰ ਤਰਸੇਮ, ਇਹ ਤੁਹਾਡਾ ਵਿਜ਼ਟਰ ਵੀਜ਼ਾ। ਥੈਂਕ ਯੂ। ਮਿਸਿਸ ਸੱਤਿਆ ਦੇਵੀ, ਇਹ ਤੁਹਾਡਾ ਵਿਜ਼ਟਰ ਵੀਜ਼ਾ। ਤਾਂ ਇਹ ਵੀਜ਼ਾ ਜਿਹੜਾ ਆਇਆ ਬਹੁਤ ਹੀ ਥੋੜ੍ਹੇ ਸਮੇਂ ਦੇ ਵਿੱਚ ਆਇਆ, ਔਰ ਅਸੀਂ ਖੁਦ ਮਿਸਟਰ ਤਰਸੇਮ ਲਾਲ ਤੋਂ ਇਹ ਜਾਣਾਂਗੇ ਕਿ ਇਹਨਾਂ ਨੂੰ ਡਬਲਯੂ ਡੀ ਆਈ ਸੀ ਦਾ ਪ੍ਰੋਸੈਸਿੰਗ ਕਿੱਦਾਂ ਦਿਆ ਲੱਗੀ। ਮੈਂ ਤਾਂ ਡਬਲਯੂ ਡੀ ਆਈ ਸੀ ਨੂੰ ਜਦੋਂ ਵਿਜਿਟ ਕੀਤਾ ਅਤੇ ਜਿਹੜੀ ਤੁਹਾਡੀ ਕੰਸਲਟੇਸ਼ਨ ਸੀਗੀ ਬਹੁਤ ਵਧੀਆ ਰਹੀ ਆ, ਔਰ ਬਹੁਤ ਪ੍ਰੋਪਰ ਤਰੀਕੇ ਨਾਲ ਗਾਈਡ ਕਰਦੇ ਹਾਂ ਤੁਸੀਂ ਸਾਨੂੰ, ਅਤੇ ਜਿਹੜਾ ਸਾਡੇ ਕਾਗਜ਼ ਪੱਤਰ ਵੀ ਵਧੀਆ ਢੰਗ ਨਾਲ ਔਰ ਸ਼ੋਰਟਲੀ ਤਿਆਰ ਕਰਾ ਕੇ ਸਾਡੇ ਤੋਂ ਪ੍ਰੋਪਰ ਮਤਲਬ ਸਾਡੀ ਹੈਲਪ ਕੀਤੀ ਹੈ, ਤਾਂ ਬਹੁਤ ਵਧੀਆ ਢੰਗ ਨਾਲ ਸਾਡਾ ਵੀਜ਼ਾ ਬਹੁਤ ਜਲਦੀ ਲੱਗ ਗਿਆ। ਚਲੋ, ਇੱਕ ਵਾਰ ਫਿਰ ਤੁਹਾਨੂੰ ਬਹੁਤ ਬਹੁਤ ਵਧਾਈਆਂ। ਤੁਸੀਂ ਕੁਛ ਆਪਣੇ ਮੈਸੇਜ ਡਬਲਯੂ ਡੀ ਆਈ ਸੀ ਨੂੰ ਜੇ ਦੇਣਾ ਚਾਹੋ ਤਾਂ ਕੀ ਮੈਸੇਜ ਦਿਓ? ਡਬਲਯੂ ਡੀ ਆਈ ਸੀ ਨੂੰ ਮੈਂ ਇਹ ਮੈਸੇਜ ਦਊਂਗਾ ਵੀ ਮੈਂ ਆਪਣੇ ਹੋਰ ਵੀ ਦੋਸਤਾਂ ਮਿੱਤਰਾਂ ਨੂੰ ਆਂਢੀ ਗੁਆਂਢੀ ਨੂੰ ਕਿਸੇ ਰਿਸ਼ਤੇਦਾਰ ਨੂੰ ਵੀ ਰਿਕਮੈਂਡ ਕਰੂੰਗਾ ਵੀ ਉਹਨਾਂ ਕੋਲ ਜਾਓ ਵਿੱਚ ਜਲਦੀ ਵੀਜ਼ਾ ਲਾ ਕੇ ਸਾਨੂੰ ਦਿੰਦੇ। ਥੈਂਕ ਯੂ ਵੈਰੀ ਮੱਚ। ਤਾਂ ਜਿੱਦਾਂ ਕਿ ਤੁਸੀਂ ਖੁਦ ਤਰਸੇਮ ਜੀ ਦੇ ਮੂੰਹ ਤੋਂ ਸੁਣਿਆ ਕਿ ਜੇ ਕੋਈ ਭੈਣ ਭਰਾ, ਸੱਜਣ ਵੇਲੀ ਜਾਂ ਮਿੱਤਰ ਕੋਈ ਵੀ ਕਿਸੇ ਵੀ ਕੰਟਰੀ ਦਾ ਵਿਜ਼ਟਰ ਵੀਜ਼ਾ ਲਵਾਉਣਾ ਚਾਹੁੰਦਾ ਹੈ ਜਾਂ ਹੋਰ ਕਿਸੇ ਟਾਈਪ ਦਾ ਵੀਜ਼ਾ, ਭਾਵੇਂ ਉਹ ਸਟੱਡੀ ਵੀਜ਼ਾ ਹੋਵੇ, ਭਾਵੇਂ PR ਹੋਵੇ, ਸੁਪਰ ਵੀਜ਼ਾ ਹੋਵੇ, ਵਿਜ਼ਟਰ ਜਾਂ ਟੂਰਿਸਟ ਵੀਜ਼ਾ ਹੋਵੇ, ਜੇ ਉਹ ਲਵਾਉਣਾ ਚਾਹੁੰਦਾ ਤਾਂ ਇੱਕ ਵਾਰੀ ਡਬਲਯੂ ਡੀ ਏ ਸੀ ਜ਼ਰੂਰ ਵਿਜ਼ਿਟ ਕਰੋ, ਜਿੱਥੇ ਕਿ ਤੁਹਾਨੂੰ ਫ੍ਰੀ ਕਾਉਂਸਲਿੰਗ ਦਿੱਤੀ ਜਾਂਦੀ ਹੈ, ਪੇਪਰ ਪ੍ਰੋਪਰ ਡਾਕੂਮੈਂਟੇਸ਼ਨ ਟਾਈਮਲੀ ਤਿਆਰ ਕੀਤੇ ਜਾਂਦੇ ਆ, ਔਰ ਤੁਸੀਂ ਆਪਣਾ ਵਿਦੇਸ਼ ਜਾਣ ਦਾ ਜਿਹੜਾ ਸੁਪਨਾ ਹੈ ਡਬਲਯੂ ਡੀ ਏ ਸੀ ਰਾਹੀਂ ਪੂਰਾ ਕਰ ਸਕਦੇ। ਥੈਂਕ ਯੂ ਵੈਰੀ ਮੱਚ।